ਰੱਖਿਆ। ਕੈਪਟਨ ਨੂੰ ਅਪੀਲ ਕੀਤੀ ਗਈ ਹੈ ਕਿ ਤੁਰੰਤ ਫੰਡ ਜਾਰੀ ਕੀਤਾ ਜਾਵੇ, ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਕਿਤੇ ਸਾਹਿਬ ਜੀ ਆਇਆ ਜੀ, ਇੱਥੇ ਨਦੀ ਦਾ ਪਾਣੀ ਇੱਥੇ ਦਰਿਆ ਜੀ ਆ ਕੇ ਕਰਦੇ ਨਾ ਜੀ, ਇੱਥੇ ਜਾ ਕੇ ਤੁਸੀਂ ਮੌਕਾ ਦੇਖੋ ਤਾਂ ਉੱਥੇ ਬਿਲਕੁਲ ਥੋੜ੍ਹੀ ਖੱਡ ਰਹਿ ਜਾਂਦੀ ਹੈ ਜੀ। ਪਿੱਛੇ ਜਿੰਨੇ ਵੀ ਪਾਣੀ ਆਉਂਦਾ ਉੱਥੇ ਨਹੀਂ ਨਿਕਾਲ ਹੁੰਦਾ ਜੀ, ਉੱਥੇ ਲੋਕਾਂ ਨੇ ਕਬਜ਼ੇ ਕਰੇ ਹੋਏ, ਪੂਲ ਲੱਗਿਆ ਹੋਇਆ, ਫਸਲਾਂ ਬੀਜੀ ਹੋਈਆਂ, ਨਦੀ ਪੂਰੀ ਵਾਹੀ ਹੋਈ ਆ, ਪਾਣੀ ਨਿਕਲਣ ਦਾ ਸਾਧਨ ਨਹੀਂ ਹੈਗਾ ਜੀ ਕੋਈ। ਇਹ 1993 ਜਦੋਂ ਨਦੀ ਟੁੱਟੀ ਸੀ, ਜਦ ਵੀ ਇੱਥੇ ਟੁੱਟੀ ਸੀ, ਹੁਣ ਨਾ ਕੋਈ ਨਦੀ ਸਾਫ਼ ਕਰੀ ਹੈ ਜੀ। ਪ੍ਰਸ਼ਾਸਨ ਪਹਿਲਾਂ ਦਿੰਦਾ ਵਾਰਨਿੰਗ ਦਿੰਦਾ ਕਰੋ, ਮਤਲਬ ਕਿ ਪ੍ਰਸ਼ਾਸਨ ਜਾ ਕੇ ਕੋਈ ਨਦੀ ਨਾਲੇ ਸਾਫ਼ ਨਹੀਂ ਕਰੀ ਜੀ। ਰਾਤ ਜੀ ਸਾਡਾ ਜੀ 26 ਸਾਲ ਪਹਿਲਾਂ ਹੜ੍ਹ ਆਇਆ ਤਾ, ਉਸ ਟਾਈਮ ਕਿਰਪਾ ਸ਼ੰਕਰ SDM ਹੁੰਦੇ ਸਾਡੇ ਜੀ, ਉਹਨਾਂ ਨੇ ਆਪ ਅਸੀਂ ਜੋ ਸਮੱਸਿਆ ਦੱਸੀ ਵੀ ਦਰਿਆ ਤੱਕ ਨਦੀ ਵਿੱਚ ਲੋਕਾਂ ਨੇ ਜ਼ਮੀਨਾਂ ਪਾਈਆਂ ਵੇ, ਪਾਪੂ ਲਾਏ ਵੇ ਆ, ਗੰਨਾ ਖੜਾ, ਧਾਨ ਖੜੇ ਆ, ਉਹਨੇ ਆਪ ਹੋ ਗਏ ਜੀ ਨਾਲ ਸਾਰੇ ਲੋਕਾਂ ਨੇ ਨਜਾਇਜ਼ ਕਬਜ਼ੇ ਛੜਾਏ। ਅਸੀਂ ਕਮੇਟੀ ਬਣਾਈ ਸੀ, ਕਮੇਟੀ ਨਾਲ ਹੋ ਕੇ ਜ਼ਮੀਨ ਆਪ ਵਾਹੁੰਦਾ ਤਾ, ਆਲੇ ਦੁਆਲੇ ਮਿੱਟੀ ਲਾਉਂਦੇ ਤੇ। 26 ਸਾਲ ਬਾਅਦ ਕਿਸੇ ਨਾਲ ਕੋਈ ਮਤਲਬ ਦੇਣ ਦੀ ਸਫਾਈ ਨਹੀਂ, ਕੋਈ ਕੁਛ ਨਹੀਂ, ਨਾ ਪੱਕੇ ਪੱਥਰ ਲਾਏ ਆ। ਉਹਦੇ ਬਾਅਦ 26 ਸਾਲ ਬਾਅਦ ਅਸੀਂ ਫਿਰ ਹਰੇਕ ਵਾਰੀ ਕਹੀ ਜਾਂਦੇ ਵੀ ਦਰਖਤ ਪਲਾਂਟੇਸ਼ਨ ਹੋ ਗਈ ਜੀ, ਪਲਾਂਟੇਸ਼ਨ ਹੋ ਗਈ, ਰਸਤਾ ਰਿਹਾ ਨਹੀਂ। ਪਲਾਂਟੇਸ਼ਨ ਹੋਣ ਕਰਕੇ ਹੀ ਅੱਗੇ ਕਬਜ਼ੇ ਹੋਣ ਕਰਕੇ ਸਾਡਾ ਮਤਲਬ ਹੱਲ ਹੋਇਆ ਜੀ। ਹਾਲਾਤ ਬਹੁਤ ਮਾੜੇ ਬਣੇ ਹੋਏ, ਪਾਣੀ ਜਿਹੜਾ ਹੈਗਾ ਹੁਣ ਤਾਂ ਬੇਸ਼ਕ ਉੱਤਰ ਗਿਆ, ਪਰ ਪਿਛਲਾ ਪਾਣੀ ਬਹੁਤ ਜ਼ਿਆਦਾ ਆਇਆ ਗਾ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਘਰਾਂ 'ਚ ਹੋਇਆ ਗਾ, ਫਸਲਾਂ ਦਾ ਹੋਇਆ ਗਾ। ਸਰਕਾਰ ਨੂੰ ਚਾਹੀਦਾ ਹਰੇਕ ਸਾਲ ਜਦੋਂ ਮਾਨਸੂਨ ਆਉਣਾ ਹੈਗਾ, ਜਦੋਂ ਮੀਂਹ ਆਉਣ ਦਾ ਟਾਈਮ ਹੁੰਦਾ ਗਾ ਪਤਾ ਸਭ ਨੂੰ, ਉਸ ਤੋਂ ਪਹਿਲਾਂ ਜੇਕਰ 83 ਜਾਰੀ ਹੋਵੇ, ਜੇਕਰ ਹੁਣ ਸਰਕਾਰ ਕਿਤੇ 100 ਕਰੋੜ ਜਾਰੀ ਕੀਤਾ, ਜਿਸ ਤੋਂ ਪਹਿਲਾਂ 50 ਕਰੋੜ ਰੁਪਏ ਜਾਰੀ ਕੀਤੇ, ਉਹਦੇ ਜਿਹੜੇ ਨਦੀਆਂ ਨਾਲੇ ਜਿਹੜੇ ਪੁਰਾਣੇ ਨਦੀਆਂ ਨਾਲੇ ਕਿਤੇ ਨਾ ਕਿਤੇ ਬੰਦ ਵੀ ਹੋ ਚੁੱਕੇ, ਰਿਪੇਅਰ ਹੁੰਦੀ ਹੈ ਉਹਨਾਂ ਤੋਂ, ਉਹਨਾਂ ਦੇ ਡੈਮ ਬਿਲਕੁਲ ਉੱਥੇ ਬੰਨ ਲੱਗਦੇ, ਤਾਂ ਇਹ ਹੜ ਨਹੀਂ ਆ ਸਕਦੇ ਸੀ। ਸੋ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਟੋਟਲ ਜਿਹੜਾ 100% ਲਾਸ ਜਿਹੜਾ ਹੈਗਾ ਲੋਕਾਂ ਨੂੰ ਦੇਣਾ ਚਾਹੀਦਾ ਹੈਗਾ, ਗਰਦਾਵਰੀਆਂ ਜਲਦੀ ਹੋਣੀ ਚਾਹੀਦੀ, ਮੁਆਵਜ਼ਾ ਜਲਦੀ ਮਿਲਣਾ ਚਾਹੀਦਾ। ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ, ਕੇਂਦਰ ਸਰਕਾਰ ਨੇ ਕੁਝ ਫੰਡ ਜਾਰੀ ਵੀ ਕੀਤੇ, ਉਹਦੇ ਵਿੱਚ ਪੰਜਾਬ ਲਈ ਹਜੇ ਕੁਝ ਨਹੀਂ ਕੀਤਾ ਹੈ। ਦੇਖੋ, ਪੰਜਾਬ ਸਰਕਾਰ ਨੂੰ ਚਾਹੀਦਾ ਤੁਰੰਤ ਜਿਹੜੀ ਗਰਦਾਵਰੀ ਆਵੇਦਨ 24 ਘੰਟੇ 'ਚ ਗਰਦਾਵਰੀ ਹੋ ਕੇ ਜਿਹੜਾ ਮੁਆਵਜ਼ਾ ਪੂਰਾ ਮਿਲਣਾ ਚਾਹੀਦਾ। 100% ਜਿਹੜੀ ਫਸਲ ਤਬਾਹ ਹੋ ਗਈ, ਘਰ ਤਬਾਹ ਹੋ ਗਏ, ਪਸ਼ੂ ਮਾਰੇ ਗਏ, ਬਹੁਤ ਬੜੀਆਂ ਬਿਮਾਰੀਆਂ ਫੈਲ ਰਹੀਆਂ ਨੇ, ਮੈਂ ਪੁੱਛ ਕੇ ਆਇਆ ਕਿ ਬਿਮਾਰੀਆਂ ਕਾਫੀ ਫੈਲ ਰਹੀਆਂ ਨੇਗੀਆਂ। ਸੋ ਮੈਂ ਸਮਝਦਾ ਕਿ ਐਮਰਜੈਂਸੀ ਫੰਡ ਜਾਰੀ ਕਰਕੇ ਤੁਰੰਤ ਲੋਕਾਂ ਲਈ ਮਿਲੇ। ਤੇ ਅੱਗੇ ਵਧਾਂਗੇ, ਪੰਜਾਬ ਸਰਕਾਰ ਦੇ ਵੱਲੋਂ ਗਣੇਸ਼ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ ਤੇ ਰੋਕ।